ਆਮ ਅਸੀਂ ਜਾਂਦੇ ਦੀਵਾਨਾਂ ਦੇ ਵਿੱਚ ਪੁੱਛਾ ਮੱਛਾ ਕੰਮ ਬੜਾ ਹੁੰਦਾ, ਪਰ ਇੱਥੇ ਦੀਵਾਰ ਨਾਲ ਬਹੁਤ ਵਧੀਆ ਲੱਗਿਆ। ਇੱਕ ਭੈਣ ਜੀ ਬਾਬੇ ਦੇ ਦਰਬਾਰ ਤੇ ਜਾਵਦੀ ਆ ਚੇਲੇ ਦੇ ਕੋਲ ਪੁੱਛ ਕਢਾਉਣ ਵਾਸਤੇ, ਬਾਬਾ ਜੀ ਸਾਡੇ ਘਰ ਵਿੱਚ ਬਹੁਤ ਤੰਗੀ ਆ। ਤੇ ਉਹ ਕਿਸ ਤਰ੍ਹਾਂ ਕੰਮ ਦਰਬਾਰ ਦੇ ਉੱਤੇ ਬਾਬੇ ਤੋਂ ਪੁੱਛ ਲੈਂਦੀ ਆ। ਸੁਖ ਦਾ
ਸਿਰਦਾਨ ਸੋਰੇ ਇੱਕ ਸ਼ਸਤਰਾ ਲੈ ਆਵੇ, ਤੇਰਾ ਪੱਕਾ ਕਰੂ ਲਾਜ ਨਾਲੇ ਚੱਕਰਾ ਲੈ ਆਵੇ, ਤੇਰਾ ਪੱਕਾ ਕਰੂ ਲਾਜ ਨਾਲੇ ਚੱਕਰਾ ਲੈ ਆਵੇ। ਭੋਲੀ ਗਿੱਲ ਵਾਂਗੂ ਹੈ ਭੋਲੀ ਗਿੱਲ ਵਾਂਗੂ, ਭੋਲੀ ਗਿੱਲ ਵਾਂਗੂ ਪੀਰ ਮੈਂ ਵਧਾਵਾ, ਬੀਬੀ ਮੈਂ ਤੇਰੀ ਕੁਛ ਕੱਢ ਦੂੰ।